बिस्मिल्लाहिर्रहमानिर्रहीम जी अस्सलाम वालेकुम। मैं ताडा भाई सुफियान गिल ते तुसीं देख रहे हो ट्रैक्टर पॉइंट यूट्यूब चैनल जी। जी अज असीं मौजूद हाँ जी अपने अड्डे 79 दे उपर जी, ते उस्ताद अमरान इलैक्ट्रीशियन की दुकान के उपर जी। आ तुसीं देख सकते हैं जी उस्ताद अमरान हुणी जी अपना सलफ ते जनरेटर का ट्रैक्टरां दे दा काम करदे आ जी, ते बहुत मशहूर मरूफ इहनां दा काम आ जी, ते बड़ी देर दा इह काम कर रहे आ जी। ते आओ आ जाओ आपां इहनां गल्लबात करदे आ जी। उस्ताद हुणी सलफ जनरेटर का कि देर तो काम कर रहे हैं जी। अस्सलाम वालेकुम उस्ताद जी। उस्ताद जी की हाल चाल है जी? अच्छा अल्लाह का शुक्र उस्ताद जी। अच्छा उस्ताद जी आपां कितनी देर हो गई है सलफ जनरेटर का काम करते हैं जी? 30 साल हो गए जी। 30 साल हो गए जी। अच्छा उस्ताद जी सिखिया कितों सीगा जी? उस्ताद पप्पू दे कोलों जी। उस्ताद जी आपां जिहड़ा ट्रैक्टर का ज सलफ का काम करते हैं जी, इहदे विच मेजर प्रॉब्लम की होंदी है, वजह की बनती है जी, ये खराब क्यों होंदा भाई जी? आर्मेचर खराब हो जांदा, बैटरी खराब हो जांदी है, कार्बन फिर नवें पा दिंदे आ। ये जनरेटर का जी? सलफ का जी। सलफ का जी आ आही सलफ है जी? अच्छा जी आ भी सलफ है जी। हां जी सलफ है जी। हां जी आ जनरेटर है जी। अच्छा आ सारे जनरेटर पे है जी, आ भी सलफ पे आ जी। मतलब जरूरी नहीं ट्रैक्टर नहीं किसी कार दा मर्जी गड्डी दा होवे, कार दा होवे, क्रेन दा होवे, ट्राले दा होवे, किहड़ी मर्जी दा होवे, जनरेटर होवे, सलफ होवे, वायरिंग होवे, किसी किस्म का भी कोई काम होवे, कोई टेंशन नहीं। ਤਾਂ ਜੀ ਸੁਣਿਆ ਕਿ ਨਾਲ ਨਾਲ ਜਿਹੜਾ ਇਲੈਕਟ੍ਰੀਸ਼ਨ ਦੇ ਨਾਲ ਬੈਟਰੀਆਂ ਦਾ ਸਿਸਟਮ ਵੀ ਤੁਹਾਡਾ ਜੀ? ਬੈਟਰੀਆਂ ਦਾ ਵੀ ਕਰੀਦਾ ਜੀ ਕੰਮ। ਅੱਛਾ ਜੀ ਬੈਟਰੀ ਨਵੀਂ ਵੀ ਲਿਆ ਕੇ ਦੇਈ ਦੀ ਜੀ, ਪੁਰਾਣੀ ਵੀ ਠੀਕ ਹੋ ਗਈ। ਗੱਡੀ ਖਲੋਤੀ ਸਾਡੇ ਵਾਲੀ ਵਾਰਨ ਕਰਕੇ ਹਟੇ ਹੁਣ ਅਸੀਂ, ਅਸੀਂ ਵਾਰਨ ਸਾਰੀ ਨਵੀਂ ਕੀਤੀ ਹੈ ਜੀ, ਕੱਲ ਕਰਕੇ ਹਟੀ ਆ ਜੀ। ਟੋਟਲ ਇਹਦੀ ਨਵੀਂ ਵਾਰਨ ਕੀਤੀ? ਹਾਂਜੀ ਟੋਟਲ ਸਾਰੀ ਨਵੀਂ ਕੀਤੀ। ਅੱਛਾ ਅੱਛਾ ਸਾਰਾ ਕੰਮ ਕਰਕੇ ਤੇ ਉਸਤਾਦ ਜੀ ਬਹੁਤ ਸਾਰੇ ਦੋਸਤਾਂ ਨੇ ਸਾਡੇ ਕੋਲੋਂ ਪੁੱਛਣਾ ਕਮੈਂਟਾਂ ਦੇ ਵਿੱਚ ਜੀ, ਜਿਹੜਾ ਸਲਫ ਜਨਰੇਟਰ ਦਾ ਸੀ ਉਸਤਾਦ ਉਹਨਾਂ ਦੇ ਕੋਲੋਂ ਕੰਮ ਕਰਾਉਣਾ ਜੀ, ਤੇ ਅਸੀਂ ਉਹਨਾਂ ਨਾਲ ਰਾਬਤਾ ਕਿੱਦਾਂ ਕਰੀਏ? ਕਿਤੇ ਤੁਸੀਂ ਆਪਣਾ ਸਾਨੂੰ ਨੰਬਰ ਵੀ ਦੇਣਾ, ਫੋਨ ਨੰਬਰ ਜੀ। ਬਿਲਕੁਲ। ਦੂਜਾ ਇਹ ਦੱਸਣਾ ਜੀ ਉਸਤਾਦ ਜੀ ਇਹਦੀ ਜਿਹੜਾ ਆਪਾਂ ਤੁਸੀਂ ਸਲਫ ਕਰਕੇ ਦਿੰਦੇ ਆ ਜਾਂ ਜਨਰੇਟਰ ਦਾ ਕੰਮ ਕਰਕੇ ਦਿੰਦੇ ਆ ਜੀ, ਇਹ ਅਸੀਂ ਸਾਡੇ ਦੇ ਇਲਾਕੇ 'ਚ ਤੁਸੀਂ ਬਹੁਤ ਜ਼ਿਆਦਾ ਮਸ਼ਹੂਰ ਹੋ, ਤੁਹਾਡਾ ਇੱਕ ਨਾਂ ਬਣਿਆ ਵਾ ਜੀ ਇਸ ਕੰਮ ਦੇ ਵਿੱਚ, ਅਤੇ ਉਸਤਾਦ ਜੀ ਜਿਹੜੇ ਦੋਸਤਾਂ ਨੇ ਕਰਵਾਉਣਾ ਵਾ ਤੁਹਾਡੇ ਕੋਲੋਂ, ਅਤੇ ਉਹਨਾਂ ਨੂੰ ਇਸ ਚੀਜ਼ ਦੀ ਗਰੰਟੀ ਦਿੱਤੀ ਜਾਵੇ ਜੀ, ਕਿੰਨੀ ਦੇਰ ਤੱਕ ਜਿਹੜਾ ਤੁਸੀਂ ਸਲਫ ਦਾ ਜਨਰੇਟਰ ਦਾ ਕੰਮ? ਹਾਂਜੀ ਗਰੰਟੀ ਦਿੱਤੀ ਹੈ, ਉਹੀ ਹੋਊਗਾ ਸਾਲ ਦੀ ਵੀ ਖਰਾਬ ਹੋ ਜਾਵੇ ਅਸੀਂ ਸਾਲ ਦੀ ਗਰੰਟੀ ਦਿੰਦੇ ਹਾਂ, ਸਾਲ ਦੀ ਗਰੰਟੀ ਦੇਵਾਂਗੇ। ਠੀਕ ਹੋ ਗਿਆ ਜੀ। ਹਾਂਜੀ ਆ ਜੀ ਆਈ ਹੈ ਡੰਡੀ ਮੇ ਕੋਈ, ਆ ਠੀਕ ਹੋਣ ਵਾਸਤੇ ਆਈ ਸੀ ਇਹ ਜੀ, ਸੀ ਪੈਕ ਤੋਂ ਆਈ ਸੀ ਠੀਕ ਹੋਣ ਵਾਸਤੇ, ਸੀ ਪੈਕ ਤੋਂ ਬੰਦੇ ਆ ਠੀਕ ਹੋਣ ਵਾਸਤੇ ਆਈ ਸੀ ਇਹ ਕਾਰ ਦੀ ਹੈ ਜੀ। ਅੱਛਾ ਇਹ ਕੀ ਨਾਸਤਾ ਆ ਜੀ ਇਹਦਾ? ਇਹ ਡੰਡੀ ਆ ਜੀ, ਆ ਡੁੰਡੀ ਸੋਚ ਆਈ ਜਿਹੜਾ ਉੱਤੇ ਕਹਿੰਦੇ ਗ੍ਰਿਪ ਦਾ ਬਾ ਸ਼ਾਰੇ ਬਾਲਦੇ ਆ ਲੈਟਾ ਬਾਲਦੇ ਤੋਂ। ਠੀਕ ਹੋ ਗਿਆ। ਉਸਤਾਦ ਜੀ ਇੱਕ ਸਲਫ ਜਿਹੜਾ ਟਰੈਕਟਰ ਦਾ 85 ਜਾਂ 75 ਦਾ ਤੁਸੀਂ ਕਰਦੇ ਆ ਜੀ ਜਾਂ ਕਿਸੇ ਵੀ ਰੂਸੀ ਦਾ ਕਰਦੇ ਆ ਜੀ, ਤੇ ਇਹ ਜਨਰੇਟਰ ਦੀ ਕੀਮਤ ਕੀ ਉਹਨੂੰ ਕਹਿੰਦੇ ਠੀਕ ਆਉਂਦੀ, ਕੀਮਤ ਕਿੰਨੀ ਕਾ ਜੀ? ਅਸੀਂ ਮਜ਼ਦੂਰੀ ਲਈਦੀ ਹੈ 600 ਰੁਪਇਆ ਜਨਰੇਟਰ ਦੀ, 700 ਰੁਪਇਆ ਸਲਫ ਦੀ ਲਈਦੀ। 700 ਰੁਪਇਆ ਸਲਫ? ਹਾਂਜੀ ਬਕਾਇਦਾ ਸਮਾਨ ਬਣਾ ਫਿਰ ਬਾਜ਼ਾਰੋਂ ਲੈ ਕੇ ਪਾ ਲਈਦਾ। ਤੇ ਜਿਹੜੀ ਤੁਸੀਂ ਬੈਟਰੀ ਚਾਰਜ ਕਰਕੇ ਦਿੰਦੇ ਆ ਜੀ ਉਹਦਾ ਮਤਲਬ ਕੀ? 500 ਰੁਪਇਆ ਲਈਦਾ ਜੀ ਬੈਟਰੀ ਦਾ, ਤੇ ਆਪ ਆ ਕੇ ਚਾਰਜ ਕਰ ਲਈਦਾ ਮੁਕੰਮਲ, ਯਾਨੀ ਕਿ ਤਿਆਰ ਕਰਕੇ ਦੇ ਆਪ ਆ ਕੇ ਚਾਰਜ ਕਰਕੇ ਉਹਨੂੰ ਗੜੀ ਦਾ ਲਾ ਲਓ ਭਾਈ, ਸਮਾਨ ਲੈ ਜਾਓ ਆ ਕੇ ਜਾਂ ਸ਼ਾਮ ਨੂੰ ਲੈ ਜਾਓ ਆ ਕੇ। ਠੀਕ ਹੋ ਗਿਆ, ਬਹੁਤ ਮਿਹਰਬਾਨੀ ਸਰ। ਸਾਡੇ ਕੋਲ ਖੁੱਲਿਆ ਪਿਆ ਹੀ ਆਇਆ ਤਿਆਰ ਹੋਣ ਵਾਸਤੇ, ਸਾਰਾ ਖੜਿਆ ਜੀ, ਇਹ ਦੁਬਾਰਾ ਤਿਆਰ ਕਰਨਾ ਜੀ। ਆਹ ਟੋਟਲ ਸਾਰਾ ਖੁੱਲਿਆ ਜੀ? ਹਾਂਜੀ ਇਹ ਸਾਰਾ ਖੁੱਲਿਆ, ਤਿਆਰ ਕਰਨਾ ਜੀ। ਬਹੁਤ ਮਿਹਰਬਾਨੀ ਉਸਤਾਦ ਜੀ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਜੀ। ਆਹ ਦੋਸਤੋ ਉਸਤਾਦ ਉਹਨਾਂ ਦਾ ਨੰਬਰ ਆ ਜੀ, ਚੱਲ ਚੱਲ ਚੱਲੀਏ ਯਾਰ। ਸਲਫ ਜਨਰੇਟਰ ਦਾ ਕੰਮ ਕਰ ਰਹੇ ਆ ਜੀ ਨਾਲ ਬੈਟਰੀ ਦਾ,